ਮੈਨੂੰ ਤੁਸੀਂ ਵੀ ਡਰਾਈਵਰੀ ਸਾਗਰ ਦੀ ਵੋਟੀ ਕੋਲ ਸਿੱਖੀ ਲੱਗਦੀ ਹੈ। ਸਿੱਖ ਤੁਸੀਂ ਰਹੇ ਹੋ, ਗਲਤੀਆਂ ਮੇਰੇ ਕੱਢ ਰਹੇ ਹੋ ਆ, ਹੌਲੀ ਚਲਾ ਲਓ। ਮੇਰੇ ਅਕੋਰਡਿੰਗ ਨਾਲ ਮੈਂ ਗੱਡੀ ਯਾਰ ਸਹੀ ਸਿਖਾਈ ਆ। ਤਾਂ ਹਾਂਜੀ ਮਿੱਤਰੋ, ਕੀ ਹਾਲ ਚਾਲ ਆ ਸਾਰਿਆਂ ਦੇ? ਹੋਪ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਘੈਂਟ ਹੋਵੋਗੇ। ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਅਤੇ ਅੱਜ ਹੈਗੀ ਆ ਸੰਗਰਾਂਦ, ਚੇਤ ਮਹੀਨੇ ਦੀ, ਅਤੇ ਹੁਣ ਆਪਾਂ ਚੱਲੇ ਸੀਗੇ ਗੁਰਦੁਆਰਾ ਸਾਹਿਬ। ਰੈਡੀ ਸ਼ੈਡੀ ਹੋ ਚੁੱਕੇ ਹਾਂ ਬਸ, ਅਤੇ ਚੱਲਦੇ ਹਾਂ। ਅਤੇ ਜਾ ਕੇ ਗੱਡੀ ਸਟਾਰਟ ਕਰ ਦਿਉ, ਪਹਿਲਾਂ ਤਾਂ ਮੈਂ ਗੱਲਾਂ ਬਾਤਾਂ ਮਾਰਦਾ ਉਹਨਾਂ ਟਾਈਮ, ਪਤਾ ਲੱਗ ਜੂਗਾ ਵੀ ਤੁਹਾਨੂੰ ਗੱਡੀ ਸਟਾਰਟ ਕਰਨੀ ਆ ਗਈ ਜਾਂ ਨਹੀਂ ਆਏਗੀ। ਸਿਖਾਈ ਤਾਂ ਵੈਸੇ ਤੁਹਾਨੂੰ ਸੀਗੀ ਮੈਂ। ਆ ਬਾਈ, ਟਾਇਰ ਟੂਰ ਜੇ ਇੱਥੇ ਕੱਢੇ ਪਏ ਆ, ਦੇਖੋ ਜਿਹੜਾ ਵੀਲ ਆ ਇਹ ਵਿਚਾਰਾ ਐਂ ਪਿਆ ਵਾ, ਇਹ ਹੁਣ ਜਾਂ ਤਾਂ ਇਹਨੂੰ ਲੋਟ ਹੋਊਗਾ ਜਾਂ ਇਹ ਨਵਾਂ ਪਵਾਇਆ ਜਾਊਗਾ। ਹਾਂਜੀ ਕਰੋ ਫਿਰ ਸਟਾਰਟ। ਮੈਨੂੰ ਤੁਸੀਂ ਵੀ ਡਰਾਈਵਰੀ ਸਾਗਰ ਦੀ ਵੋਟੀ ਕੋਲ ਸਿੱਖੀ ਲੱਗਦੀ ਹੈ। ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ, ਉਹ ਫਿਰ ਮੈਂ ਆਪਦੇ ਗੋਡੇ ਹਿਸਾਬ ਨਾਲ ਕੀਤੀ ਆ। ਹੁਣ ਗੇਅਰ ਨਾ ਪਾ ਦਿਓ, ਔਨ ਰਹਿਣ ਦਿਓ, ਜਾਂ ਤੁਹਾਡੀ ਡਰਾਈਵਰੀ ਵੀ ਚੈੱਕ ਕਰਨੀ ਆ। ਤੁਸੀਂ ਬੰਬੇ 'ਚ ਕਿਵੇਂ ਗੱਡੀ ਚਲਾਉਂਦੇ ਰਹੇ ਹੋ? ਇਹ ਅਸਲ ਵਿੱਚ ਬੰਬੇ ਦੇ ਵਿੱਚ ਪਹਿਲਾਂ ਡਰਾਈਵ ਕਰਦੇ ਰਹੇ ਆ, ਮਤਲਬ ਥੋੜ੍ਹੀ ਬਹੁਤ ਗੱਡੀ ਚਲਾਉਂਦੇ ਰਹੇ ਆ, ਅਤੇ ਇੰਨਾ ਐਕਸਪੀਰੀਅੰਸ ਹੈ ਨਹੀਂ ਗਾ। ਥੋੜ੍ਹੀ ਬਹੁਤ ਇਹਨਾਂ ਨੇ ਟੀਚ ਲਈ ਸੀ ਗੱਡੀਆਂ ਤੋਂ, ਜਿਹੜੇ ਸਿਖਾਉਂਦੇ ਹੁੰਦੇ ਆਪਣੇ ਵੀ ਇੱਥੇ ਨੋਰਮਲੀ ਸਿਖਾਉਂਦੇ ਆ ਜਿਹੜੇ ਗੱਡੀਆਂ, ਅਤੇ ਉਹ ਸਹੀ ਤਰੀਕੇ ਨਾਲ ਸਿਖਾਉਂਦੇ ਨੀਗੇ। ਅੱਜ ਉਹਨਾਂ ਚਲਾ ਕੇ ਦੇਖਦੇ ਆ ਗੱਡੀ ਕਿੱਦਾਂ ਹੀ ਚਲਾਉਂਦੇ ਆ। ਨਹੀਂ ਆਊ ਜਾਂ ਕੋਈ ਗੱਲ ਨਹੀਂ, ਸਿਖਾ ਦਾਂਗੇ। ਵੋਟਰ ਨੇ ਕਾਫੀਆਂ ਨੂੰ ਗੱਡੀਆਂ ਸਿਖਾਈਆਂ, ਆਪਦੀ ਘਰ ਵਾਲੇ ਨੂੰ ਗੱਡੀ ਕਿਉਂ ਨਹੀਂ ਸਿਖਾਉਣੀ? ਵੋਟਰ ਨੇ ਆਪਦੇ ਯਾਰਾਂ ਦੋਸਤਾਂ ਨੂੰ, ਛੋਟੇ ਛੋਟੇ ਭਰਾਵਾਂ ਨੂੰ ਗੱਡੀਆਂ ਸਿਖਾਈਆਂ, ਅਤੇ ਘਰ ਵਾਲੀ ਗੱਡੀ ਸਿਖਾਉਣੀਆਂ ਜ਼ਰੂਰੀ ਆ ਨਾ। ਜਿਹੜਾ ਕਈ ਵਾਰੀ ਐਮਰਜੈਂਸੀ, ਬੰਦੇ ਲੰਬੇ ਰੂਟ 'ਤੇ ਜਾਣਾ ਹੁੰਦਾ ਜਾਂ ਕਿਤੇ ਵੀ ਜਾਣਾ ਹੁੰਦਾ, ਕਈ ਵਾਰੀ ਬੰਦਾ ਘਰੇ ਨਹੀਂ ਹੁੰਦਾ ਵੀ ਐਮਰਜੈਂਸੀ ਹੋ ਜਾਂਦੀ ਆ, ਤਾਂ ਕਰਕੇ ਗੱਡੀ ਸਿੱਖਣੀ ਅਤੇ ਸਿਖਾਉਣੀ ਬਹੁਤ ਜ਼ਰੂਰੀ ਆ। ਅਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਾਈਏ। ਇੱਕ ਤੁਹਾਡੀ ਗੁੱਡ ਹੈਬਿਟਸ ਹੈਗੀ ਹੈ ਮੈਂ ਦੇਖ ਲਈ, ਤੁਸੀਂ ਸਟਾਰਟ ਕਰਨ ਤੋਂ ਪਹਿਲਾਂ ਸ਼ੀਸ਼ਾ ਡਾਊਨ ਕਰਤਾ ਕਿ ਲੌਕ ਨਾ ਲੱਗ ਜਾਏ ਗੱਡੀ ਨੂੰ। ਵਾਹ, ਸਹੀ ਆ। ਮਤਲਬ ਤੁਸੀਂ ਦੇਖਦੇ ਹੁੰਦੇ ਆ ਮੈਂ ਇੱਦਾਂ ਕਰਦਾ ਵਾ, ਸ਼ੀਸ਼ਾ ਡਾਊਨ ਕਰ ਦਿੰਦਾ ਗੱਡੀ ਲੌਕ ਨਾ ਲੱਗ ਜਾਏ। ਵੈਸੇ ਤਾਂ ਜਿਹੜੀ ਫਰੰਟ ਸੀਟ ਆ ਡਰਾਈਵਰ ਵਾਲੀ, ਉਹਨੂੰ ਲੌਕ ਨਹੀਂ ਲੱਗਦਾ ਗਾ, ਆਹ ਤਿੰਨਾਂ ਨੂੰ ਲੱਗ ਜਾਂਦਾ, ਖੁੱਲ੍ਹਾ ਰਹਿੰਦਾ ਵਾ। ਬਟ ਫਿਰ ਵੀ ਮੈਂ ਜਿਹੜਾ ਸ਼ੀਸ਼ਾ ਵਾ ਉਹ ਡਾਊਨ ਕਰ ਦਿੰਦਾ ਹੁੰਦਾ, ਕਈ ਵਾਰੀ ਪਤਾ ਨਹੀਂ ਹੁੰਦਾ। ਇਹ ਚੀਜ਼ ਮੇਰੇ ਨਾਲ ਆਲਟੋ 'ਚ ਬਹੁਤ ਵਾਰੀ ਹੋਈ ਆ, ਮੈਂ ਇੱਕ ਦੋ ਵਾਰੀ ਤਾਂ ਮੋਕੇ ਸੀਗਾ ਉਦੋਂ ਮੇਰੇ ਨਾਲ ਇਹ ਚੀਜ਼ ਹੋਈ ਹੈ ਨਾ, ਮੰਨ ਕੇ ਚਲੋ ਗੱਡੀ ਨੂੰ ਹੁਣ ਆਪਾਂ ਚਾਬੀ ਵਿੱਚ ਛੱਡ ਦਿੰਦੇ ਹਾਂ ਤਾਂ ਲੌਕ ਲੱਗ ਜਾਂਦਾ। ਇੱਕ ਦੋ ਵਾਰੀ ਨਾਨਸਰ ਹੋਈ ਹੈ ਇਹ ਚੀਜ਼, ਅਤੇ ਇੱਕ ਦੋ ਵਾਰੀ ਘਰੇ ਹੋਈ ਆ। ਉਹ ਤਾਂ ਵਾਹਿਗੁਰੂ ਦੀ ਕਿਰਪਾ ਨਾਲ, ਜਾਂ ਤਾਂ ਆਪਣੇ ਕੋਈ ਸਕੇਲ ਸਕੂਲ ਹੁੰਦਾ ਮੈਂ ਉਹਦੇ ਨਾਲ ਖੋਲ੍ਹ ਲੈਂਦਾ, ਜਾਂ ਫਿਰ ਜੇ ਕੋਲੇ ਹੋਵੇ ਤਾਂ ਘਰ ਦੇ ਚਾਬੀ ਚੁਬੀ ਮੰਗਾ ਲਈਦੀ ਆ, ਤਾਂ ਕਰਕੇ ਸੌਖਾ ਜਿਹਾ ਹੋ ਜਾਂਦਾ ਵਾ। ਅਤੇ ਚਲੋ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ। ਸਾਗਰ ਦੀ ਵੋਟੀ ਨੇ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ, ਜਦੋਂ ਵੀ ਇੰਸਟਾਗ੍ਰਾਮ ਖੋਲ੍ਹਦੇ ਹਾਂ, ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ, ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ। ਮਤਲਬ ਯਾਰ ਗਾਣਾ ਪੁੱਛੋ ਨਾ, ਇੰਨਾ ਜ਼ਿਆਦਾ ਹਿੱਟ ਹੋ ਗਿਆ ਇੱਕ ਟਾਈਮ 'ਤੇ, ਅਤੇ ਇਹ ਗਾਣਾ ਕੱਢਿਆ ਤੁਸੀਂ ਕਦੋਂ ਸੀਗਾ? 2005 'ਚ। ਅਤੇ ਉਹੀ ਗੱਲ ਹੈ ਨਾ, ਸਟਰਗਲ ਦਾ ਬੰਦੇ ਦਾ ਕੋਈ ਨਹੀਂ ਪਤਾ ਲੱਗਦਾ ਗਾ, ਟਾਈਮ ਬੰਦੇ ਦਾ ਕਦੋਂ ਵੀ ਆ ਸਕਦਾ ਵਾ। ਅਤੇ ਇੱਕ ਟਾਈਮ 'ਤੇ ਗਾਣਾ ਕੱਢਿਆ ਸੀਗਾ, ਉਦੋਂ ਇੰਨਾ ਨਹੀਂ ਚੱਲਿਆ ਸੀਗਾ, ਬਟ ਅੱਜ ਦੇ ਟਾਈਮ 'ਤੇ ਇਹ ਗਾਣੇ ਦੀ ਪੂਰੀ ਚਰਚਾ ਵਾ, ਅਤੇ ਪੂਰਾ ਰੀਲਾਂ ਇਹ ਛਾਇਆ ਹੋਇਆ। ਜਦੋਂ ਵੀ ਆਪਾਂ ਇੰਸਟਾਗ੍ਰਾਮ ਖੋਲ੍ਹਦੇ ਹਾਂ, ਘੱਟੋ ਘੱਟ 20 ਰੀਲਾਂ ਜਾਂ 10 ਰੀਲਾਂ ਇਹੀ ਆਉਂਦੀਆਂ ਵਾ, ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ। ਅਤੇ ਦੇਖ ਲਓ ਨਾ, ਇਹ ਚੀਜ਼ ਇੱਥੋਂ ਸਿੱਖਣ ਨੂੰ ਇਹ ਮਿਲਦੀ ਆ, ਮੰਨ ਕੇ ਚਲੋ ਕੋਈ ਵੀ ਬੰਦਾ ਗਾਣਾ ਗੁਣਾ ਕੱਢਦਾ ਵਾ, ਉਹ ਇੱਕ ਟਾਈਮ ਬਹਿ ਜਾਂਦਾ ਹੈ ਨਾ ਕਿ ਮੇਰਾ ਗਾਣਾ ਯਾਰ ਚੱਲਿਆ ਨਹੀਂ, ਮੈਂ ਦੂਜਾ ਗਾਣਾ ਨਹੀਂ ਕਰਨਾ ਗਾ। ਪਰ ਬਾਈ ਕੁਝ ਨਹੀਂ ਪਤਾ ਗਾਣਾ ਕਦੋਂ ਚੱਲ ਪੈਣਾ, ਕਿਹੜੀ ਲਾਈਨ ਨਾਲ ਤੁਹਾਡਾ ਕਿਹੜਾ ਗਾਣਾ ਚੱਲ ਪੈਣਾ ਹੈ ਨਾ। ਪਰ ਇਹੀ ਚੀਜ਼ ਆ ਜਿਹੜੇ ਮੇਰੇ ਨਵੇਂ ਭਰਾ ਸਟਰਗਲ ਕਰਦੇ ਆ ਨਾ, ਨਵੇਂ ਨਵੇਂ ਗਾਣੇ ਕੱਢਦੇ ਆ, ਨਵੇਂ ਉੱਠੇ ਆ, ਤਾਂ ਉਹਨਾਂ ਲਈ ਇੱਕ ਇਹੀ ਚੀਜ਼ ਆ ਵੀਰੇ, ਸਟਰਗਲ ਕਰਦੇ ਰਹੋ, ਹਰੇਕ ਚੀਜ਼ ਵਿੱਚ ਵੀਰੇ ਮਿਹਨਤ ਆ ਨਾ, ਅਤੇ ਮਿਹਨਤ ਇੱਦਾਂ ਜਾਰੀ ਰੱਖੋ। ਬਾਕੀ ਯਾਰ ਹੋਰ ਵੀ ਫੀਲਡ ਵਿੱਚ ਜਿਵੇਂ ਵੀ ਹੈਗੇ ਆ, ਤਾਂ ਯਾਰ ਮਿਹਨਤ ਕਰੋਗੇ ਤਾਂ ਹੀ ਕੁਝ ਮਿਲਣਾ ਵਾ। ਅਤੇ ਚਲੋ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ, ਨਵਾਂ ਸਾਲ ਆ, ਅੱਜ ਸਿੱਖ ਇਤਿਹਾਸ ਦਾ, ਚੇਤ ਮਹੀਨੇ ਦੀ ਸੰਗਰਾਂਦ ਆ, ਅਤੇ ਚਲੋ ਚੱਲੀਏ। ਮੈਂ ਇਕੱਲਾ ਜਾਵੜਾ, ਤੁਸੀਂ ਤਾਂ ਆਉਣਾ ਨਹੀਂ? ਮੈਂ ਕਿਹਾ ਮੈਂ ਇਕੱਲਾ ਜਾਵੜਾ, ਤੁਸੀਂ ਤਾਂ ਆਉਣਾ ਨਹੀਂ? ਨਹੀਂ ਚਲੋ ਠੀਕ ਆ, ਜੇ ਬੰਦੇ ਨਾਲ ਤੁਹਾਡੇ ਨਾਲ ਇੱਦਾਂ ਹੋਵੇ ਹੈ ਨਾ, ਮੰਨ ਕੇ ਚਲੋ ਤੁਹਾਨੂੰ ਤਿਆਰ ਤਿਉਰ ਕਰਾ ਕੇ ਫਿਰ ਮੈਂ ਤੁਹਾਨੂੰ ਇੱਦਾਂ ਹੀ ਛੱਡ ਜਾਂ ਕਿ ਚਲੋ ਹੁਣ ਮੈਂ ਇਕੱਲਾ ਹੀ ਚੱਲਿਆ।
ਇੱਕ ਇਹ ਵੀ ਹੈ ਨਾ ਥੋੜ੍ਹਾ ਹੈਗਾ ਵਾ ਕਿ ਮੈਂ ਸਕੂਟਰੀ ਲੈ ਕੇ ਪਿੱਛੇ ਜੋ ਕੋਈ ਗੱਲ ਨਹੀਂ। ਚਲੋ ਬਾਈ ਇਹ ਵੀ ਸਹੀ ਆ ਅਤੇ ਚਲੋ ਹੁਣ ਗੁਰਦੁਆਰਾ ਸਾਹਿਬ ਚੱਲਦੇ ਹਾਂ ਯਾਰ, ਉਹ ਗੱਲਾਂ ਹੋ ਗਈਆਂ। ਗੁਰਦੁਆਰਾ ਸਾਹਿਬ ਤੋਂ ਆ ਕੇ ਫਿਰ ਮਿਲਦੇ ਹਾਂ। ਮਿੱਤਰੋ ਹੁਣ ਆਪਾਂ ਆਪਦੀ ਕਲੋਨੀ ਵਿੱਚ ਪਹੁੰਚ ਚੁੱਕੇ ਹਾਂ, ਕਹਿਣ ਦਾ ਮਤਲਬ ਉਹ ਪੁਆਇੰਟ ਤੇ ਪਹੁੰਚ ਚੁੱਕੇ ਹਾਂ ਜਿੱਥੇ ਚਾਰ ਪੰਜ ਜਣਿਆਂ ਨੂੰ ਆਪਾਂ ਗੱਡੀ ਸਿਖਾਈ ਆ ਤੇ ਹੁਣ ਤੁਹਾਡੀ ਟਰਨ ਆ ਨੈਕਸਟ ਗੱਡੀ ਸਿੱਖਣ ਦੀ। ਤੇ ਮੈਂ ਗੱਡੀ ਬਹੁਤ ਹੀ ਕਸੂਤੇ ਤਰੀਕੇ ਨਾਲ ਸਿਖਾਉਂਦਾ ਵਾਂ, ਜੇ ਬੰਦਾ ਗਲਤੀ ਕਰੇ ਤੁਸੀਂ ਪੁਰਾਣੀਆਂ ਵੀਡੀਓ ਦੇਖਿਆ ਹੋਊਗਾ, ਮੈਂ ਉਹਨੂੰ ਕੁੱਟਦਾ ਬਹੁਤ ਆ, ਪਰ ਮੈਂ ਇਹ ਨਹੀਂ ਚਾਹੁੰਦਾ ਮੈਂ ਤੁਹਾਨੂੰ ਕੁੱਟਾਂ, ਠੀਕ ਆ, ਮੈਂ ਤੁਹਾਨੂੰ ਸਹੀ ਤਰੀਕੇ ਨਾਲ ਦੱਸੂ, ਤੁਸੀਂ ਗਲਤੀ ਨਹੀਂ ਕਰਨੀ ਗੀ, ਐਗ ਰਹੀ ਹੋ? ਪੱਕਾ? ਸੀਟਾਂ ਸੁੱਟਾਂ ਅੱਗੇ ਕਰਕੇ ਬੈਠ ਗਏ ਆ, ਮਤਲਬ ਮੈਂ ਸੀਟ ਕਾਫੀ ਪਿੱਛੇ ਕਰਕੇ ਬੈਠਦਾ ਹੁਣ, ਹੁਣ ਪੂਰੀ ਸੀਟ ਅੱਗੇ ਹੋ ਚੁੱਕੀ ਆ ਤੇ ਜ਼ਿਆਦਾ ਆਪਾਂ ਟਾਈਮ ਨਹੀਂ ਖਰਾਬ ਕਰਦੇ, ਜਲਦੀ ਜਲਦੀ ਅੰਦਰ ਬਹਿੰਦੇ ਹਾਂ ਅਤੇ ਗੱਡੀ ਸਿਖਾਉਂਦੇ ਹਾਂ। ਦੇਖਦੇ ਹਾਂ ਇੱਦਾਂ ਟ੍ਰੇਨਿੰਗ ਲੈ ਕੇ ਆਏ ਆ, ਜਿਹੜੀਆਂ ਕਲਾਸਾਂ ਲੱਗੀਆਂ ਸੀਗੀਆਂ ਹਰਸ਼ ਨੇ ਵੀ ਲਾਈਆਂ ਸੀਗੀਆਂ ਅਤੇ ਇਹਨਾਂ ਨੇ ਵੀ ਲਾਈਆਂ ਸੀਗੀਆਂ ਅਤੇ ਦੇਖਦੇ ਹਾਂ ਉਹਨਾਂ ਨੇ ਕਿੱਦਾਂ ਦਾ ਐਕਸਪੀਰੀਅੰਸ ਦਿੱਤਾ ਬਣਾ, ਮਤਲਬ ਕਿੰਨੀ ਕੁ ਸਿਖਾਈ ਆ ਕਿੰਨੀ ਨਹੀਂ ਸਿਖਾਈਗੀ, ਹੁਣ ਸਾਰਾ ਕੁਝ ਪਤਾ ਲੱਗ ਜਾਊਗਾ। ਹੁਣ ਇਹ ਪਤਾ ਲੱਗੂਗਾ ਜਿਹੜਾ ਤੁਸੀਂ 4500 ਰੁਪਇਆ ਦਿੱਤਾ ਵਾ ਮਹੀਨੇ ਵਿੱਚ ਬੰਬੇ ਵਿੱਚ ਕੀ ਸਿੱਖਿਆ ਵਾ, ਅਤੇ ਚਲੋ ਨਹੀਂ ਸਿੱਖਿਆ ਕੋਈ ਗੱਲ ਨਹੀਂ, ਉਸਤਾਦ ਜੀ ਤੁਹਾਡੇ ਕੋਲ ਬੈਠੇ ਆ ਅਤੇ ਫਿਰ ਅੱਜ ਉਹ ਸਿਖਾਉਣਗੇ ਤੁਹਾਨੂੰ। ਹਾਂਜੀ, ਮੈਨੂੰ ਪਤਾ ਕਿਵੇਂ ਸਿਖਾਇਆ ਸੀ, ਏ ਬੀ ਸੀ। ਏ ਬੀ ਸੀ, ਚਲੋ ਏ ਤੇ ਫਿਰ ਕਹਿ ਦੇ ਕਿ ਕਲੱਚ, ਨਹੀਂ ਏ ਤੇ ਕਲੱਚ, ਅੱਛਾ ਉਧਰੋਂ ਏ ਤੇ ਐਕਸਲੇਟਰ ਹੋ ਗਿਆ, ਬੀ ਤੇ ਬ੍ਰੇਕ ਹੋ ਗਏ, ਸੀ ਤੇ ਕਲੱਚ, ਪਰ ਐ ਤਾਂ ਸਮਝ ਆਉਣਾ ਹੀ ਨਹੀਂ ਗਾ। ਹੁਣ ਮੰਨ ਕੇ ਤੁਸੀਂ ਇਧਰੋਂ ਸਟਾਰਟ ਕਰਤੀ ਏ ਬੀ ਸੀ, ਫਿਰ ਤੁਸੀਂ ਏ ਦੀ ਜਗ੍ਹਾ ਤੇ ਕਲੱਚ ਨੱਪ ਦੋਗੇ, ਨਹੀਂ ਤੁਸੀਂ ਇੱਦਾਂ ਸਿੱਖੋ ਜਿਵੇਂ ਮੈਂ ਸਿਖਾਉਂਦਾ। ਉਹ ਤਾਂ ਹੁਣ ਸਮਝ, ਉਹ ਉਸਤਾਦ ਤਾਂ ਮਾੜਾ ਸੀ, ਠੀਕ ਆ, ਉਹ ਉਸਤਾਦ ਨੂੰ ਕੋਈ ਨਹੀਂ ਆਉਂਦਾ ਜੀ। ਹੁਣ ਤੁਸੀਂ ਸਿੱਖਣਾ ਦੇਖੋ, ਪਹਿਲਾਂ ਹੈਗਾ ਕਲੱਚ ਪੰਜਾਬੀ ਭਾਸ਼ਾ, ਤੇ ਵਿਚਾਲੇ ਹੈਗਾ ਬ੍ਰੇਕ, ਠੀਕ ਆ, ਤੇ ਇੱਧਰਲੀ ਵਿੰਡੋ ਵਾਲੀ ਸਾਈਡ ਹੈਗੀ ਰੇਸ, ਠੀਕ ਆ। ਤੇ ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ, ਪਹਿਲਾਂ ਕਲੱਚ ਲੱਪੋ ਮੇਰੀ ਸਾਈਡ ਤੋਂ, ਨੱਪ ਲਿਆ, ਤੇ ਹੁਣ ਪਹਿਲਾਂ ਗੇਅਰ ਪਾਓ। ਹਾਂ ਪੈ ਗਿਆ, ਹੁਣ ਸਿਰਫ ਕਲੱਚ ਛੱਡਣਾ ਵਾ, ਰੇਸ ਨਹੀਂ ਦੇਣੀ ਤੁਸੀਂ, ਸਿਰਫ ਹੌਲੀ ਹੌਲੀ ਕਲੱਚ ਛੱਡਣਾ। ਸਭ ਤੋਂ ਵੱਡੀ ਗਲਤੀ ਤੁਹਾਡੀ ਪਹਿਲਾਂ ਹੀ ਕਲੱਚ ਲੱਪੋ, ਨੱਪ ਲਓ ਪੂਰੇ, ਪਹਿਲਾਂ ਨੱਪ ਲਓ, ਆਹ ਕੌਣ ਚੱਕੂਗਾ, ਨਾ ਮੈਨੂੰ ਨਹੀਂ, ਤੁਸੀਂ ਸਾਰਾ ਦੇਖਣਾ ਵਾ ਕਿ ਹੈਂਡ ਬ੍ਰੇਕ ਲੱਗੇ। ਹੁਣ ਕਲੱਚ ਨੱਪ ਲੈਣਾ, ਚੜ੍ਹਤਾ ਰੇਸ ਨੱਪੋ ਥੋੜ੍ਹੀ, ਮਤਲਬ ਉਸਤਾਦ ਦੀਆਂ ਗਲਤੀਆਂ ਕੱਢੀ ਜਾਣੀਆਂ ਨਾ ਬੈਠੇ, ਸਿੱਖ ਤੁਸੀਂ ਰਹੇ ਹੋ, ਗਲਤੀਆਂ ਮੇਰੀਆਂ ਕੱਢ ਰਹੇ ਹੋ, ਆ ਕਲੱਚ ਨੱਪੋ, ਦੂਜਾ ਗੇਅਰ ਨਹੀਂ ਪਾਉਣਾ। ਹਾਂ ਹੁਣ ਕੱਚ ਛੱਡ ਦਿਓ, ਜ਼ਿਆਦਾ ਗੈਪ ਨਾ ਪਾਇਆ ਕਰੋ, ਕਿਉਂਕਿ ਗੈਪ ਜ਼ਿਆਦਾ ਪਾਉਂਦੇ ਹਾਂ ਫਿਰ ਗੱਡੀ ਐਂ ਹੁੰਦਾ ਹੌਲੀ ਹੋ ਜਾਂਦੀ ਆ, ਪਰ ਬੰਦ ਵੀ ਹੋ ਸਕਦੀ ਆ। ਇੱਕਦਮ ਰੇਸ ਨਹੀਂ ਦੇਣੀ ਗੀ ਅਤੇ ਇੱਕਦਮ ਰੇਸ ਨਹੀਂ ਛੱਡਣੀ ਗੀ, ਜਿੱਧਰ ਨੂੰ ਮੈਂ ਕਹੂੰਗਾ ਉੱਧਰ ਨਹੀਂ ਮੋੜਨੀ ਆ, ਗਲਤ ਨਹੀਂ ਮੋੜਨੀ, ਜੇ ਗਲਤ ਮੋੜੀ ਤਾਂ ਪਨਿਸ਼ਮੈਂਟ ਗਿਣ ਕੇ ਜ਼ਿਆਦਾ ਮਿਲਣਗੀਆਂ ਫਿਰ। ਹਾਂ ਜੇ ਰੋਕਣੀ ਆ, ਜੇ ਹੌਲੀ ਰੋਕਣੀ ਆ ਫਿਰ ਇਕੱਲੇ ਬ੍ਰੇਕ ਲਾ ਸਕਦੇ ਹੋ, ਮਤਲਬ ਨੋਰਮਲ ਰੋਕਣੀ ਆ, ਜਮ੍ਹਾਂ ਰੋਕਣੀ ਆ ਫਿਰ ਕਲੱਚ ਨੱਪ ਕੇ ਬ੍ਰੇਕ। ਠੀਕ ਹੈ ਠੀਕ, ਅਤੇ ਚਲੋ ਹੁਣ ਸਟਾਰਟ ਕਰਨੀ ਆ, ਮਨ ਕੇ ਚਲੋ ਤੋਰਨੀ ਆ, ਫਿਰ ਤੁਸੀਂ ਦੂਜੇ ਗੇਅਰ 'ਚ ਤੋਰੋਗੇ ਜਾਂ ਪਹਿਲੇ ਗੇਅਰ 'ਚ ਤੋਰੋਗੇ? ਸਟਾਰਟ ਤਾਂ ਪਹਿਲੇ ਤੇ ਹੋਊਗੀ। ਨਹੀਂ ਹੁਣ ਆਪਾਂ ਰੋਕ ਲਈਏ ਜਮ੍ਹਾਂ ਇੱਥੇ, ਹੁਣ ਦੂਜੇ ਗੇਅਰ 'ਚ ਤੋਰ ਲਓਗੇ ਜਾਂ ਪਹਿਲੇ ਗੇਅਰ 'ਚ ਤੋਰੋਗੇ? ਪਹਿਲੇ ਤੇ। ਚਲੋ ਫਿਰ ਪਹਿਲਾਂ ਗੇਅਰ ਪਾਓ ਫਿਰ। ਹਾਂ ਕੋਮਾ ਨਾਲੋਂ ਕਹਿ ਦਈਏ ਕਿ ਜ਼ਿਆਦਾ ਹੀ ਆਉਂਦੀ ਆ, ਘੱਟ ਵੀ ਨਹੀਂ ਆਉਂਦੀ ਯਾਰ, ਮੇਨ ਗੱਲ ਆ ਕੇ ਇੱਥੇ ਮੁੱਕ ਜਾਂਦੀ ਆ, ਹੁਣ ਇੱਧਰ ਨੂੰ ਮੇਰੀ ਸਾਈਡ ਨੂੰ ਖੱਬੇ ਪਾਸੇ, ਮੇਨ ਗੱਲ ਆ ਕੇ ਇੱਥੇ ਮੁੱਕ ਜਾਂਦੀ ਆ। ਜਿਹੜਾ ਯਾਰ ਬੰਬੇ 'ਚ ਗੱਡੀ ਚਲਾ ਗਿਆ ਨਾ, ਬੰਬੇ 'ਚ ਟ੍ਰੈਫਿਕ ਹੀ ਬਹੁਤ ਹੁੰਦਾ ਵਾ, ਆਪਣੀਆਂ ਸੜਕਾਂ ਇੱਦਾਂ ਦੀਆਂ ਵਾ, ਜਿਹੜੇ ਆਪਣੇ ਹਾਈਵੇ ਆ ਉੱਥੇ ਉਹਨਾਂ ਦੀਆਂ ਕਲੋਨੀ ਦੀਆਂ ਸੜਕਾਂ ਉੱਦਾਂ ਦੀਆਂ ਵਾ, ਮਤਲਬ ਕਹਿ ਦਈਏ ਲੰਬੀਆਂ ਉੱਨੀਆਂ ਵਾ। ਮੈਂ ਗੱਡੀ ਵੀ ਮੋੜੀ ਆ, ਮੇਰੇ ਹਿਸਾਬ ਨਾਲ ਤੁਸੀਂ ਹੁਣ ਵਿਆਹ ਤੋਂ ਕਾਫੀ ਟਾਈਮ ਬਾਅਦ ਚਲਾਉਣ ਲੱਗੇ ਨਾ, ਵਿਆਹ ਤੋਂ ਪਹਿਲਾਂ ਸਿੱਖੀ ਸੀ, ਮੈਂ ਭੁੱਲ ਗਈ ਆ। ਤੀਜਾ ਗੇਅਰ ਪਾਓ, ਉਹਦੀ ਜਾਨ ਲਈ ਹੋਈ ਹੈ ਗੱਡੀ ਦੀ ਵਿਚਾਰੀ, ਤੁਸੀਂ
ਹਾਂ ਦੂਜੇ ਹੀ ਰਹਿਣ ਦੋ, ਦੂਜੇ ਹਜੇ ਦੂਜੇ ਹੀ ਰਹਿਣ ਦੋ। ਮਤਲਬ ਮੈਂ ਬੋਲਦਾ ਮੇਰੀ ਸੁਣ ਨੂੰ ਹੀ ਨਹੀਂ, ਮੋੜਨੀ ਵੀ ਆਪਾਂ ਜਾਂ ਧੁੱਪ ਵੱਲ ਹੀ ਲਈ ਜਾਣੀ, ਅਸੀਂ ਤਾਂ ਸਾਹਮਣੇ ਧੁੱਪ ਪੈਂਦੀ ਆ, ਹੈ ਵੀ ਬੁਖਾਰ ਤੇ ਗਲਾ ਖਰਾਬ, ਜ਼ੁਕਾਮ, ਬੁਖਾਰ, ਕਾਫੀ ਕੁਝ ਆ, ਵੀਕਨੈਸ ਵੀ ਆ। ਤੇ ਚੱਕਰ ਇਹ ਪਿਆ ਸੀਗਾ ਜਿੱਦਣ ਹਰਸ਼ ਕੋਲੇ, ਮਤਲਬ ਹਰਸ਼ ਨਾਲ ਗਏ ਸੀਗੇ ਆਪਾਂ ਬਰਥਡੇ ਤੇ, ਉਹਦੇ ਤੇ ਸੈਲੀਬ੍ਰੇਟ ਕਰਨ, ਰਾਤ ਨੂੰ ਪਾਰਟੀ ਪੁਲਟੀ ਕੀਤੀ ਸੀਗੀ ਉਦੋਂ, ਰਾਤ ਨੂੰ ਕੋਕ ਪੀ ਲਈ, ਠੰਡਾ ਬੜਾ ਸੀਗਾ, ਤੇ ਉਹਨੇ ਕੰਮ ਖਰਾਬ ਕਰਤਾ ਸੀਗਾ, ਹਰਸ਼ ਬਚ ਗਿਆ, ਅੱਗੇ ਹਰਸ਼ ਲੈ ਚੀ ਹੁੰਦੀ ਆ ਤੇ ਅੱਜ ਇਹ ਮੇਰੇ ਨਾਲ ਹੋ ਗਈ। ਚਲੋ ਕੋਈ ਗੱਲ ਨਹੀਂ, ਵੈਸੇ ਤੁਸੀਂ ਗੱਡੀ ਬਹੁਤ ਵਧੀਆ ਚਲਾਈ ਜਾਂਦੇ ਹੋ, ਉਮੀਦ ਨਹੀਂ ਸੀਗੀ, ਕੋਮਲ ਨੂੰ ਮਾਤ ਪਾ ਗਏ ਤੁਸੀਂ ਦੋ ਗੁਣਾ, ਇੱਕਦਮ ਨਹੀਂ ਲੱਪਣੇ। ਆਹ ਗਲਤੀ ਆ ਤੁਹਾਡੀ, ਬਹੁਤ ਵੱਡੀ ਮਿਸਟੇਕ ਆ, ਮੰਨ ਕੇ ਚੱਲੋ ਕੋਈ ਪਿੱਛੋਂ ਮੇਰੇ ਵਰਗਾ ਅੰਨਾ ਕੋਈ ਬਾਹਲੀ ਸਪੀਡ ਤੇ ਆਉਂਦਾ ਵਾ, ਉਹਨੇ ਲਿਆ ਕੇ ਵਿੱਚ ਮਾਰਨੀ ਆ, ਮਾਰਨੀ ਹੈ ਨਾ, ਫਿਰ ਉੱਥੇ ਗਲਤੀ ਕਿਹਦੀ ਹੋਣੀ ਆ, ਆਪਣੀ ਗਲਤੀ ਹੋਣੀ ਆ। ਤੇ ਚਲੋ ਹੁਣ ਧੁੱਪੇ ਕੋ ਰੋਕੀ ਆ, ਅੱਗੇ ਰਾਹ ਬੰਦ, ਨਹੀਂ ਅੱਗੇ ਰਾਹ ਕਿਉਂ ਬੰਦ ਆ, ਉਹਦੇ ਖੱਬੇ ਮੋੜੋ। ਅੱਛਾ ਉਧਰੋਂ ਕਿੱਧਰ ਜਾਵਾਂਗੇ ਆਪਾਂ? ਚਲੋ ਚਲੋ ਦੱਸੂਗਾ, ਮਤਲਬ ਫਿਊਚਰ ਪਹਿਲਾਂ ਦੱਸ ਦਿਆ ਕਰਾਂ, ਮੈਂ ਇੱਧਰ ਨੂੰ ਚੱਲੋ ਹੈ ਨਾ। ਵੈ ਤੁਸੀਂ ਚਲਾ ਵਧੀਆ ਰਹੇ ਹੋ, ਵਧੀਆ ਮੋਟੀਵੇਟ ਕਰ ਰਹੇ ਹੋ, ਮੋਟੀਵੇਟ ਕਰਨਾ ਬਣਦਾ ਵੀ ਆ, ਕਿਉਂਕਿ ਗੱਡੀ ਵਧੀਆ ਚਲਾ ਰਹੇ ਹੋ, ਮਤਲਬ ਇੱਕ ਵਾਰੀ ਵੀ ਬੰਦ ਨਹੀਂ ਕੀਤੀ ਗਈ ਯਾਰ, ਜਿਵੇਂ ਕਹਿ ਦੀ ਆਹ ਕੀ ਘੋੜਾ ਬਣਾਉਂਦਾ ਗੱਡੀ ਨੂੰ। ਇੱਕ ਗੱਲ ਇਹ ਵੀ ਧਿਆਨ ਰੱਖਿਓ, ਫੁੱਟਪਾਸ ਦੇਖ ਕੇ ਮੋੜਨੀ ਆ, ਹੋਰ ਗੱਡੀ ਪਲਾਟਾ ਜਾਵੇ। ਮੈਂ ਮੋੜਦੀ ਤਾਂ ਸਹੀ ਆ। ਹਾਂ ਨਹੀਂ ਮੋੜਦੇ ਸਹੀ ਹੋ, ਪਰ ਜਿੱਥੇ ਵੀ ਮੰਨ ਕੇ ਚੱਲੋ ਰੋਡ ਆ ਜਾਂਦਾ ਵਾ, ਉੱਥੋਂ ਹੌਲੀ ਮੋੜਨੀ ਆ। ਨਹੀਂ ਚਲਾ ਸਹੀ ਰਹੇ ਹੋ, ਵਧੀਆ ਚਲਾ ਰਹੇ, ਚਲਾਓ ਚਲਾਓ। ਆਹ ਕੀ ਕੀਤਾ, ਕਲੱਚ ਨੱਪਿਆ ਰਿਹਾ ਤੇ ਰੇਸ ਨਾ ਪਤੀ, ਇੱਦਾਂ ਵੀ ਨਹੀਂ ਕਰਨਾ ਗਾ, ਖਵਾਉਣਾ ਅਜੇ ਪਹਿਲੇ ਦਿਨ ਚਲਾਈ ਆ, ਭਜਾਉਂਦੇ ਇੱਦਾਂ ਵਾ ਜਿਵੇਂ ਬਾਹਲੇ ਪ੍ਰੋ ਹੋ ਗਏ ਹੁੰਦੇ ਆ। ਹੌਲੀ ਚਲਾ ਲਓ, ਹੌਲੀ 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 ਹੌਲੀ, ਇੱਥੇ ਬਜਰੀ ਆ, ਇੱਥੇ ਕੌਣ ਨਹੀਂ ਪਤਾ ਗਾ, ਮੰਨ ਕੇ ਤੁਸੀਂ ਥੋੜ੍ਹੀ ਮੋੜਨ ਲੱਗੀ, ਪਿਛਲੇ ਟਾਇਰ ਸਲਿੱਪ ਵੀ ਕਰ ਸਕਦੇ ਆ, ਇਹ ਤੁਸੀਂ ਕਲੱਚ ਸਹੀ ਤਰੀਕੇ ਨਾਲ ਨੱਪਿਆ ਗਾ, ਤਾਂ ਕਰਕੇ ਗੇਅਰ ਨਹੀਂ ਪਏ, ਹੁਣ ਤਾਂ ਪੈ ਗਿਆ, ਔਖਾ ਪਿਆ ਤਾਂ ਕਰਕੇ। ਉਹ ਚਲੋ ਵੀ ਮੈਨੂੰ ਵੈਸੇ ਉਮੀਦ ਹੈ ਨਹੀਂ ਸੀਗੀ, ਹੁਣ ਮੰਨ ਕੇ ਚਲੋ ਤੁਸੀਂ ਮੋੜ ਤੋਂ ਮੋੜਨੀ ਆ, ਕਿਹੜਾ ਗੇਅਰ 'ਚ ਮੋੜੋਗੇ? ਪਹਿਲੇ ਤੇ ਕਿ ਦੂਜੇ ਦਾ ਮੋੜੋਗੇ? ਚੌਥੇ ਗੇਅਰ ਤੇ ਆ, ਪਰ ਮੇਰੇ ਅਕੋਰਡਿੰਗ ਚੌਥਾ ਗੇਅਰ ਹੀ ਪਾਇਆ ਸੀ ਤੀਜੇ ਤੋਂ ਬਾਅਦ। ਚਲੋ ਉਸਤਾਦ ਉਸਤਾਦ ਕਾਹਦਾ ਉਸਤਾਦ, ਤੁਸੀਂ ਕਿਹੜਾ ਮੰਨਣਾ ਹੁੰਦਾ ਨਾ ਕਿ ਤੀਜਾ ਗੇਅਰ ਪਿਆ ਜਾਂ ਚੌਥਾ ਗੇਅਰ ਪਿਆ ਵਾ, ਮਤਲਬ ਹੁਣ ਤੁਸੀਂ ਪਹਿਲਾ ਗੇਅਰ ਪਾਇਆ, ਫਿਰ ਦੂਜਾ ਪਾਇਆ, ਫਿਰ ਤੀਜਾ ਪਾਇਆ, ਫਿਰ ਜਾ ਕੇ ਚੌਥਾ ਪਿਆ? ਨਹੀਂ ਜੇ ਦੂਜਾ ਕਰਨਾ ਮਤਲਬ ਥੋੜਾ ਜਿਹਾ ਇੱਧਰ ਨੂੰ ਜ਼ੋਰ ਪਾ ਕੇ ਫਿਰ ਕਰਨਾ ਵਾ, ਮੇਰੀ ਗਲਤੀ, ਮਾਫ਼ ਕਰ ਦਿਓ। ਦੇਖ ਲਓ ਬਈ ਉਸਤਾਦ ਨੂੰ ਗਲਤੀਆਂ ਮੰਨਣੀਆਂ ਪੈਂਦੀਆਂ ਵਾ, ਜੇ ਉਸਤਾਦ ਨੂੰ ਗੁੱਸਾ ਚੜ ਗਿਆ ਨਾ ਉਸਤਾਦ ਚੱਪਲਾਂ ਵੀ ਮਾਰ ਦਿੰਦਾ ਹੁੰਦਾ। ਚਲੋ ਫਿਰ ਪਹਿਲੇ ਗੇਅਰ ਤੇ ਆਪਾਂ ਛੱਡੀ ਦਿੱਤੀ। ਹਾਂ 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 ਮੋੜੋ, ਹੁਣ ਮੋੜ ਦੋ ਮੋੜ ਦੋ ਮੋੜ ਦੋ, ਸਹੀ ਆ ਰਹੀ ਹੈ ਸਹੀ ਆ ਰਹੀ ਹੈ। ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ, ਟਰਾਪਟਰ ਦੀ ਵੋਟੀ ਲੈਂਦੀ ਵਰਨਾ ਚਲਾ, ਇਦਾਂ ਨਾ ਕਹੋ, ਨਾਲੇ ਕਮੈਂਟ ਆਉਣ ਲੱਗ ਜਾਣਾ ਕਮੈਂਟਾਂ ਚ, ਪ੍ਰਭ ਦੀ ਵੋਟੀ ਲੈਂਦੀ ਵਰਨਾ ਚਲਾ। ਮੈਂ ਵੀ ਇਹੀ ਕਿਹਾ। ਹਾਂ ਮੈਂ ਉਹੀ ਕਹਿ ਰਿਹਾ, ਮੈਂ ਕਮੈਂਟ ਵਾਲੇ ਆਉਣ ਲੱਗ ਜਾਣੇ ਆ। ਚਲੋ ਕੋਈ ਗੱਲ ਨਹੀਂ, ਕੋਈ ਗਲਤ ਗਲਤ ਹੈ ਨਹੀਂ ਗੀ, ਗੱਡੀ ਯਾਰ ਹਰੇਕ ਲਈ ਸਿੱਖਣੀ ਜ਼ਰੂਰੀ ਆ, ਮੰਨ ਕੇ ਚੱਲੋ ਕੋਈ ਐਮਰਜੈਂਸੀ ਹੋ ਸਕਦੀ ਆ,
ਮੰਨ ਕੇ ਚਲੋ ਮੈਂ ਯਾਰ ਕਦੇ ਬਾਹਰ ਗਿਆ ਵਾ ਨਾ, ਮੈਨੂੰ ਟਾਈਮ ਲੱਗਦਾ ਵਾ, ਮੈਂ ਦੂਰ ਗਿਆ ਵਾਂ, ਤਾਂ ਕਦੇ ਐਮਰਜੈਂਸੀ ਕਦੇ ਗੱਡੀ ਲੈ ਕੇ ਜਾਣੀ ਵੀ ਪੈ ਸਕਦੀ ਆ, ਤਾਂ ਕਰਕੇ ਹਰੇਕ ਫੈਮਿਲੀ ਦੇ ਮੈਂਬਰ ਨੂੰ ਸਿੱਖਣੀ ਗੱਡੀ ਜ਼ਰੂਰੀ ਆ। ਅਤੇ ਹੁਣ ਮੰਮੀ ਨੂੰ ਮੈਂ ਸਕੂਟਰੀ ਵਗੈਰਾ ਸਿਖਾਈ ਸੀ ਅੱਗੇ, ਤਾਂ ਭੁੱਲ ਗਏ ਹੋਵਾਂਗੇ, ਉਹਨਾਂ ਨੂੰ ਵੀ ਸਿਖਾਉਣੀ ਹੈ ਕਿਸੇ ਦਿਨ। ਚੱਲ ਚੱਲ ਨੀ, ਹਜੇ ਤਾਂ ਸਟਾਰਟ ਹੋਇਆ ਮੈਂ, ਕੋਈ ਗੱਲ ਨੀ। ਤੁਸੀਂ ਕਹਿੰਦੇ ਹੋ ਨਾ ਕਿ ਮੈਂ ਨਹੀਂ ਸਿੱਖਣੀ ਗੀ, ਉਦਾਂ ਮੈਂ ਸਿਖਾ ਕੇ ਘਰੇ ਜਾਊਂ, ਮੈਂ ਤਾਂ ਇੱਦਾਂ ਦਾ ਬੰਦਾ ਹੀ ਆ, ਲੈ ਕੇ ਕਾਹਤੋਂ ਆਉਂਦਾ ਮੈਨੂੰ ਕੀ ਗੱਡੀ ਸਿਖਾਓ। ਨਾ 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 ਚਲਾਓ, ਹੁਣ ਮੈਨੂੰ ਨੀ ਪਤਾ ਗਾ, ਗਲਤੀ ਕਰਦੇ ਹੋ ਫਿਰ ਤਾਂ ਗਾਲਾਂ ਪੈਣੀਆਂ ਪੈਣੀਆਂ ਹੀ ਆ ਪੱਕਾ। ਇਹਨਾਂ ਦੀ ਮੇਨ ਗਲਤੀ ਇਹ ਆ, ਮੰਨ ਕੇ ਚੱਲੋ ਜਦੋਂ ਕੋਈ ਮੋੜ ਆ ਜਾਂਦਾ ਵਾ, ਆਪਾਂ ਗੇਅਰ ਛੋਟਾ ਕਰਦੇ ਹੁੰਦੇ ਹਾਂ, ਉਹਦੀ ਗੇਅਰ ਪਾ ਕੇ ਇੱਧਰ ਨੂੰ ਪਹਿਲਾਂ ਪਾ ਲਓ, ਫਿਰ ਗੇਅਰ ਪਾ ਲਓ ਇੱਧਰ ਨੂੰ। ਮੈਂ ਮੂੰਹ ਬਣ ਜਾਂਦਾ, ਹੁਣ ਇੱਥੇ ਬ੍ਰੇਕ ਮਾਰ ਦੋ, ਹੁਣ ਪਹਿਲਾਂ ਗੇਅਰ ਪਾਓ। ਇਹਨਾਂ ਦਾ ਚੱਕਰ ਤਾਂ ਕੀ ਪੈਂਦਾ ਵਾ, ਮੰਨ ਕੇ ਚਲੋ ਹੁਣ ਆਪਾਂ ਮੋੜ ਆ ਜਾਂਦਾ ਵਾ, ਉੱਥੇ ਆਪਾਂ ਗੇਅਰ ਛੋਟਾ ਕਰਨਾ ਹੁੰਦਾ, ਇਹ ਗੇਅਰ ਛੋਟਾ ਕਰਨ ਨੂੰ ਪੈ ਜਾਂਦੇ ਆ, ਉੱਥੇ ਬ੍ਰੇਕ ਨਹੀਂ ਮਾਰਦੇ ਗੱਡੀ ਦੇ, ਹੁਣ ਰੋਡ 'ਤੇ ਸਪੀਡ ਥੋੜ੍ਹੀ ਜ਼ਿਆਦਾ ਹੁੰਦੀ ਆ, ਹੈ ਨਾ, ਅਤੇ ਇਹ ਉਹਨਾਂ ਨੂੰ ਕੰਟਰੋਲ 'ਚ ਨਹੀਂ ਕਰਦੇ, ਗੱਡੀ ਸਪੀਡ ਉਹੀ ਰਹਿੰਦੀ ਹੈ, ਨਹੀਂ ਪਹਿਲੇ 'ਚ ਹੀ ਆ। ਚਲੋ ਤੁਹਾਡੀ ਵੈਸੇ ਗਲਤੀ ਕੋਈ ਨਹੀਂ, ਚਲਾ ਤੁਸੀਂ ਬਹੁਤ ਵਧੀਆ ਰਹੇ ਹੋ, ਪਰ ਤੁਹਾਡੀ ਇੱਕ ਮਿਸਟੇਕ ਆ, ਸਿਰਫ ਇੱਕ। ਮੰਨ ਕੇ ਚਲੋ ਹੁਣ ਕੋਈ ਮੌਕੇ 'ਤੇ ਮੋੜ ਨਹੀਂ ਹੁੰਦੀ ਆ, ਗੱਡੀ ਹੁੰਦੀ ਹੈ ਤੇਜ਼, ਤੁਸੀਂ ਸਲੋਅ ਨਹੀਂ ਕਰਦੇ ਗੇ, ਅਤੇ ਗੇਅਰ ਚੇਂਜ ਕਰਨ ਲੱਗ ਜਾਂਦੇ ਹੋ, ਕਲੱਚ ਨੱਪ ਕੇ ਥੋੜ੍ਹੀ ਜਿਹੀ ਨਾਲ ਬ੍ਰੇਕ ਮਾਰ ਦਿਆ ਕਰੋ, ਸੱਜੇ ਪਾਸੇ ਤੁਹਾਡੇ ਵਾਲੀ ਸਾਈਡ। ਸਿਖਾਈ ਦਾ ਦੇਖ ਲਓ ਨਾ, ਇਹ ਮੁੱਲ ਪੈ ਰਿਹਾ ਵਾ। ਮੰਨ ਕੇ ਚਲੋ ਕੋਮਲ ਨੂੰ ਸਿਖਾਈ ਸੀ, ਕੋਮਲ ਵੀ ਗੱਡੀ ਲੈ ਕੇ ਭੱਜ ਗਿਆ ਸੀ, ਅਤੇ ਮੈਂ ਆਪਣੀ ਘਰ ਵਾਲੀ ਨੂੰ ਸਿਖਾਈ, ਰੀਲ ਬਣਾਉਣ ਦੇ ਚੱਕਰ 'ਚ ਰੀਲ ਤਾਂ ਬਣ ਗਈ ਆ, ਹੁਣ ਮੈਨੂੰ ਦੇਖੋ ਰੀਲ ਦੇ ਚੱਕਰ 'ਚ ਕਿੰਨਾ ਤੁਰਨਾ ਪੈਣਾ, ਮੈਂ ਪਿੱਛੋਂ ਤੋਂ ਜਾ ਕੇ ਹੁਣ ਫਿਰ ਅੱਗੇ ਜਾਊਂਗਾ, ਬਸ ਆਹੀ ਚੀਜ਼ਾਂ ਰਹਿ ਗਈਆਂ ਬਾਈ। ਸਾਗਰ ਦੀ ਵਹੁਟੀ ਨੇ ਕਹਿੰਦੇ ਬੜਾ ਪਰੇਸ਼ਾਨ ਕਰਤਾ ਵਾ, ਅਤੇ ਚਲੋ ਕੋਈ ਗੱਲ ਨਹੀਂ, ਰੀਲ ਸਾਗਰ ਦੀ ਵਹੁਟੀ 'ਤੇ ਬਣ ਗਈ ਆ ਹੁਣ, ਅਤੇ ਜਲਦੀ ਜਲਦੀ ਆ ਜੂਗੀ। ਮਤਲਬ ਹੁਣ ਗੱਡੀ ਗੁੱਡੀ ਸਿਖਾਈ ਗਈ ਆ, ਬਸ ਮਾੜਾ ਮੋਟਾ ਰਹਿ ਗਿਆ। ਮੰਨ ਕੇ ਚਲੋ ਕਹਿੰਦੇ ਆ ਨਾ ਕਿ ਹੱਥ ਪੂਰਾ ਖੋਲਿਆ ਜਾਂਦਾ ਵਾ, ਉਹ ਹਾਈਵੇ 'ਤੇ ਖੋਲ੍ਹਣਾ, ਇੱਥੇ ਜਿੰਨੀ ਗੱਡੀ ਮਰਜ਼ੀ ਚਲਾਈ ਜਾਵੇ, ਇੱਥੇ ਹੱਥ ਨਹੀਂ ਖੋਲ੍ਹਣਾ। ਹਾਂਜੀ ਬਣ ਗਈ ਤੁਹਾਡੀ ਰੀਲ? ਹਾਂ ਤੁਹਾਡੀ ਰੀਲ ਬਣ ਗਈ ਆ, ਚਲੋ ਹੁਣ ਮੋੜ ਕੇ ਲੈ ਕੇ ਆਓ। ਮਤਲਬ ਇੱਥੋਂ ਹੁਣ ਤੁਸੀਂ ਤੋਰੋਂਗੇ ਨਾ ਗੱਡੀ, ਉੱਥੋਂ ਤੋਰ ਕੇ ਇੱਧਰ ਨੂੰ ਲੈ ਕੇ ਆਉਣੀ ਆ, ਦੇਖਣਾ ਮੈਂ। ਹਾਂ ਟਰਨ ਲੈਣਾ, ਰੇਸ ਘੱਟ ਰੱਖਣੀ ਆ, ਠੀਕ ਹੈ ਨਾ। ਚਲੋ ਦੇਖਦੇ ਹਾਂ ਬਾਈ, ਹੁਣ ਮੇਰੇ ਅਕੋਰਡਿੰਗ ਤਾਂ ਮੈਂ ਗੱਡੀ ਯਾਰ ਸਹੀ ਸਿਖਾਈ ਆ, ਬਾਕੀ ਜਿਹੜਾ ਹੱਥ ਖੋਲ੍ਹਣਾ ਹੁੰਦਾ ਵਾ, ਮਤਲਬ ਡਰ ਹੁੰਦਾ ਮਨ 'ਚ, ਉਹ ਰੋਡ 'ਤੇ ਜਾ ਕੇ ਹੀ ਖੁੱਲ੍ਹਣਾ ਹੁੰਦਾ ਵਾ। ਅਤੇ ਚਲੋ ਮਾੜੀ ਮੋਟੀ ਆ, ਸਹੀ ਚਲਾ ਰਹੇ ਆ, ਵਧੀਆ ਚਲਾ ਰਹੇ ਆ, ਕੋਮਲ ਨਾਲੋਂ ਵਧੀਆ ਚਲਾ ਰਿਹਾ ਮੇਨ। ਕੋਮਲ ਡਰਦਾ ਸੀਗਾ, ਅਮਨ ਵੀ ਡਰਦਾ ਸੀਗਾ ਇੱਕ ਟਾਈਮ 'ਤੇ, ਅਤੇ ਅਮਨ ਦਾ ਸਿੱਖ ਸੁੱਕ ਗਿਆ ਹੁਣ, ਅਤੇ ਕੋਮਲ ਰਹਿ ਰੂ ਗਿਆ ਵਾ। ਕੋਮਲ ਕਹਿੰਦਾ ਮੈਂ ਟਰੈਕਟਰ ਵੀ ਚਲਾ ਲੈਂਦਾ, ਉਹ ਚਲਾ ਲੈਂਦਾ, ਪਰ ਬਾਈ ਉਹ ਨਹੀਂ ਚਲਾਉਂਦਾ ਹੈਗਾ, ਉਹ ਬੰਦਾ ਬਾਈ ਗੱਲਾਂ ਵਾਲਾ ਹੀ ਆ, ਉਹਨੂੰ ਕੁਝ ਨਹੀਂ ਆਉਂਦਾ ਹੈਗਾ, ਉਹ ਤਾਂ ਗੱਡੀ 150 ਵਾਰੀ ਬੰਦ ਕਰ ਦਿੰਦਾ ਵਾ ਕੋਮਲ। ਕੋਮਲ ਮੈਂ ਕਿਹਾ 150 ਵਾਰੀ ਗੱਡੀ ਬੰਦ ਕਰ ਦਿੰਦਾ ਵਾ। ਤੁਸੀਂ ਹੁਣ ਵਧੀਆ ਚਲਾਈ ਆ, ਤੁਸੀਂ ਤਾਂ ਇੱਕ ਵਾਰੀ ਗੱਡੀ ਵੀ ਨਹੀਂ ਬੰਦ ਕੀਤੀ, ਬਸ ਤੁਹਾਡਾ ਇੱਕੋ ਹੀ ਪ੍ਰੋਬਲਮ ਸੀਗੀ, ਉਹ ਸਹੀ ਕਰ ਲਓ, ਠੀਕ ਆ। ਬਾਕੀ ਇਹ ਸੀਗਾ ਆਪਣਾ ਅੱਜ ਦਾ ਵਲੌਗ, ਅਤੇ ਤੁਹਾਨੂੰ ਗੱਡੀ ਸਿੱਖ ਕੇ ਕਿੱਦਾਂ ਲੱਗਾ, ਕਿੱਦਾਂ ਐਕਸਪੀਰੀਅੰਸ ਰਿਹਾ ਤੁਹਾਡਾ? ਬਹੁਤ ਵਧੀਆ। ਬਹੁਤ ਵਧੀਆ ਰਿਹਾ? ਡਰ ਡੁਰ ਲੱਗਾ? ਨਹੀਂ, ਮੈਨੂੰ ਐਂ ਸੀਗਾ ਕਿ ਮੈਂ ਕਾਫੀ ਟਾਈਮ ਬਾਅਦ ਚਲਾ।
ਥੋੜਾ ਨਰਵਸ ਜੇ ਹੋ ਗਏ ਤਾਂ ਕਰਕੇ ਫਿਰ ਉਦੋਂ ਦੇ ਗਲਤੀਆਂ ਜੇ ਕਰਨ ਲੱਗ ਗਏ। ਫਿਰ ਮੈਂ ਥੋੜਾ ਫੇਰ ਪਿਆਰ ਜੇ ਚ ਆਇਆ ਕਿ ਇੱਦਾਂ ਚਲਾਓ ਇੱਦਾਂ ਚਲਾਓ। ਹੁਣ ਤੁਸੀਂ ਕੋਈ ਗਲਤੀ ਨਹੀਂ ਕੀਤੀ ਗਈ, ਹੁਣ ਤੁਸੀਂ ਗੱਡੀ ਸਿੱਖ ਗਏ ਹੋ, ਰੋਡ ਤੇ ਜਿੱਦਣ ਚਲਾਵਾਂਗੇ ਉਦੋਂ ਥੋੜੀ ਜ਼ਿਆਦਾ ਆਜੂਗੀ। ਹੈਪੀ ਬਰਥਡੇ ਟੂ ਟੂ, ਹੈਪੀ ਬਰਥਡੇ ਜੀ, ਜਨਮ ਦਿਨ ਦੀਆਂ ਮਿੱਠੀਆਂ ਤੈਨੂੰ ਹੋਣ ਵਧਾਈਆਂ ਨੀ। ਪਾਰਟੀ ਪੁਲਟੀ ਬੰਬੇ ਆਉਣਾ ਪੈਣਾ, ਮਤਲਬ ਮੈਨੂੰ ਬੰਬੇ ਪਾਰਟੀ ਲੈ ਕੇ ਆਉਣ 'ਚ 15-20 ਹਜ਼ਾਰ ਬੰਬੇ ਲੱਗਣਗੇ ਹੈ, ਅਤੇ ਪਾਰਟੀ ਕਿੰਨੇ ਦੇਗਾ? ਚੱਲ ਮੈਂ 15-20 ਹਜ਼ਾਰ ਲਾਊਂਗਾ, 40 ਹਜ਼ਾਰ ਦੀ ਪਾਰਟੀ ਫਿਰ। ਨਹੀਂ ਨਹੀਂ ਤੂੰ ਕਹਿ ਤਾਂ ਉਹੀ ਬਹੁਤ ਆ ਯਾਰ, ਤੂੰ ਕਹਿ ਮੈਂ ਗੂਗਲ ਪੇ ਕਰ ਦਿੰਦਾ ਵਾ। ਨਹੀਂ ਨਹੀਂ ਬਰਥਡੇ ਉਹਦਾ ਵਾ, ਮੈਂ ਕਰ ਦਿੰਦਾ ਸਗੋਂ ਉਹਨੂੰ। ਬਾਕੀ ਰਹੇ ਸੀਗਾ ਆਪਣਾ ਅੱਜ ਦਾ ਵਲੋਗ, ਸਾਰਿਆਂ ਨੇ ਦੱਸਿਓ ਵਲੋਗ ਕਿੱਦਾਂ ਲੱਗਾ, ਅਤੇ ਬਿਮਾਰ ਸੀਗੇ ਫਿਰ ਵੀ ਵਲੋਗ ਵਲੂਗ ਬਣ ਗਿਆ ਵਾ, ਅਤੇ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ। ਬਾਏ ਬਾਏ।